ਸਾਧ ਸੰਗਤ ਜੀ ਜਿੰਨੇ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਜੁੜੇ ਉਹ ਸਾਰੇ ਰਸਨਾਂ ਨੂੰ ਕਰੋ ਪਵਿੱਤਰ ਪਿਆਰ ਨਾਲ ਆਖੋ ਸਤਨਾਮ ਸ੍ਰੀ। ਆਓ ਮਾਤਾ ਜੀ ਦੇ ਪਾਵਨ ਅਸਥਾਨ 'ਤੇ ਜੁੜੇ ਹਾਂ। ਅੱਜ ਮਹਾਰਾਜ ਜੀ ਕੋਲੋਂ ਇਹ ਮੰਗ ਮੰਗੀਏ, ਸਤਿਗੁਰ ਮਿਹਰ ਕਰੋ, ਕਿਰਪਾ ਕਰੋ। ਅਰਦਾਸ ਦੇ ਪਿੱਛੇ ਪੰਕਤੀਆਂ ਬਹੁਤ ਪਿਆਰੀਆਂ ਲਿਖੀਆਂ ਹੋਈਆਂ, ਆਓ ਰਲ ਕੇ ਸ਼ਬਦ ਪੜ੍ਹਦੇ ਹਾਂ। ਕਿਉਂਕਿ ਜਦੋਂ ਖਾਸ ਕਰਕੇ ਘਰਾਂ ਦੇ ਵਿੱਚ ਵੀ ਕੀਰਤਨ ਕਰਨ ਜਾਈਦਾ ਨਾ, ਜਿੱਥੇ ਕਿਤੇ ਬੱਚਿਆਂ ਦੇ ਜਨਮ ਦਿਨ ਜਾਂ ਕਿਸੇ ਬਜ਼ੁਰਗ ਵੀਰ ਭੈਣ ਭਰਾ ਦੇ, ਅਤੇ ਸ਼ਬਦ ਆਪਾਂ ਪੜ੍ਹਦੇ ਹਾਂ। ਪੂਤਾ ਮਾਤਾ ਕੀ ਆਸੀਸ ਨਿਮਖ ਨਾ ਵਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਆਓ ਮਹਾਰਾਜ ਜੀ ਦੀਆਂ ਪੰਕਤੀਆਂ ਅਰਦਾਸ ਮਾਤਾ ਜੀ ਦੇ ਚਰਨਾਂ ਵਿੱਚ ਕਰੀਏ। ਮਿਹਰ ਕਰੋ ਮਾਤਾ ਜੀ ਸਾਡੇ ਉੱਤੇ, ਅੱਖ ਝਮਕਣ ਜਿਤਨੇ ਵੀ ਸਮੇਂ ਵੀ ਵਾਹਿਗੁਰੂ ਦੀ ਯਾਦ ਭੁੱਲੇ ਨਾ, ਵਿਸਰੇ ਨਾ, ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਓ ਜਿੰਨੀਆਂ ਸੰਗਤਾਂ ਜੁੜੀਆਂ ਨੇ ਸਾਰੇ ਰਲ ਕੇ ਮੰਗੀਏ ਗੁਰੂ ਕੋਲੋਂ ਦਾਤ ਦੇ। ਮਾਤਾ ਕੀ ਅਸੀਸ ਪੂਤਾ ਨਿਮਕ ਨਾ ਬਿਸਰੋ, ਤੁਮਕੋ ਹਰ ਵਾਰ ਸਦਾ ਭਜੋ ਜਗਦੀਸ਼। ਨਿਮਕ ਨਾ ਬਿਸਰੋ, ਤੁਮਕੋ ਹਰ ਵਾਰ ਸਦਾ ਭਜੋ ਜਗਦੀਸ਼। ਜਿਸ ਸਿਵ ਰੰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ। ਸੋ ਹਰ ਹਰ ਤੁਮ ਸਤ ਹੀ ਨਿਮਕ ਨਾ ਬਿਸਰੋ, ਤੁਮਕੋ
ਸਦਾਪ ਜੋ ਜਗਦੀਸ਼ ਨਿਮਕ ਨਾ ਬਿਸਰੋ ਤੁਮ ਕੋ ਹਰ ਹਰ ਸਦਾਪ ਜੋ ਜਗਦੀਸ਼ ਉਤਾ ਮਾਤਾ ਅਸੀਂ ਸਤਿਗੁਰ ਤੁਮਕੋ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਸਤਿਗੁਰ ਤੁਮਕੋ ਤੇਰੀ ਪ੍ਰੀਤ ਸਤਿਗੁਰ ਤੁਮ ਕਾ ਹੋਏ ਦਿਆਲਾ ਸੰਤ ਸੰਗ ਤੇਰੀ ਪ੍ਰੀਤ ਕਾਤਰ ਪਤ ਪਰਮੇਸ਼ਰ ਰਾਖੀ ਪਾਜਨ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ ਹਰ ਸਿਮਰਤ ਅੰਗਦ ਅਨੰਤਾ ਰੰਗਤ ਮਾਸਾ ਪੂਰਨ ਆਸਾ ਕਬ ਹੈ ਨਾ ਵਿਆਪੈ ਚਿੰਤਾ ਮਾਤਾ ਦੀ
ਅਸੀਸ ਸਦਾ ਪਰੋ ਜਗਦੀਸ਼ ਨਿਮਖ ਨਾ ਪਿਸਰੋ ਸਦਾ ਪਰੋ ਮਾਤਾ ਕੀ ਆਸੀਸ ਵਾਹਿਗੁਰੂ। ਮਹਾਨ ਜਰਨੈਲ ਜਥੇਦਾਰ ਜੱਸਾ ਸਿੰਘ ਆਲੂਵਾਲੀਆ ਜੀ, ਜਿਨ੍ਹਾਂ ਦਾ ਜਨਮ ਦਿਹਾੜਾ ਸਾਧ ਸੰਗਤ ਮਨਾ ਰਹੇ, ਮਹਾਰਾਜ ਜੀ ਦੀ ਹਜ਼ੂਰੀ ਅੰਦਰ ਵਿਰਲੇ ਗੁਰਸਿੱਖ ਹੁੰਦੇ ਆ ਜਿਹੜੇ ਆਪਣਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਕਰਕੇ ਜੀ ਕੇ ਜਾਂਦੇ ਆ। ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਾਂ ਹੁਣੇ ਸ਼ਬਦ ਪਹਿਲਾਂ ਪੜ੍ਹਿਆ ਸੀ, ਜਿਨ ਸਤਿਗੁਰ ਪਿਆਰਾ ਦੇਖਿਆ ਤਿੰਨ ਕਉ ਹੋਂ ਵਾਰੀ, ਜਿਨ ਗੁਰ ਕੀ ਕੀਤੀ ਚਾਕਰੀ ਤਿੰਨ ਸਦ ਬਲਿਹਾਰੀ। ਆਓ ਰਲ ਕੇ ਸ਼ਬਦ ਪੜ੍ਹੀਏ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਬਾਣੀ ਦੇ ਵਿੱਚੋਂ। ਤਕਰੀਬਨ ਸਾਰਿਆਂ ਨੂੰ ਸ਼ਬਦ ਯਾਦ ਹੋਵੇਗਾ। ਆਓ ਐਸੇ ਮਹਾਨ ਜਰਨੈਲ ਨੂੰ ਕਰੀਏ ਨਮਸਕਾਰ, ਉਹਨਾਂ ਦੇ ਜੀਵਨ ਨੂੰ। ਰੋਜ਼ਾਨਾ ਆਪਾਂ ਬਾਣੀ ਪੜ੍ਹਦੇ, ਸ਼ਬਦ ਪੜ੍ਹਦੇ ਹਾਂ, ਸੁਣਦੇ ਹਾਂ, ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ, ਚਿਤ ਆਵੈ ਨਾਉ ਆਪ ਮੁਕਤ, ਮੁਕਤ ਕਰੈ ਸੰਸਾਰ ਨਾਨਕ, ਤਿਸ ਜਨ ਕਉ ਸਦਾ ਨਮਸਕਾਰ। ਆਓ ਕਰੀਏ ਨਮਸਕਾਰ। ਨਮਸਕਾਰ ਕਰਨ ਦਾ ਭਾਵ ਹੀ ਇਹੀ ਹੋ ਕਿਤੇ ਸਾਡਾ ਜੀਵਨ ਉਹਨਾਂ ਗੁਰਸਿੱਖਾਂ ਵਰਗਾ ਬਣ ਜਾਵੇ। ਆਓ ਕਰਿਓ ਕਿਰਪਾ। ਫਿਰ ਹੁੰਦਾ ਕੀ ਹੈ? ਮਹਾਰਾਜ ਕਹਿੰਦੇ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਸਾਰੀ ਸੰਗਤ ਰਲ ਕੇ ਆਓ ਪੜਿਓ ਕਿਰਪਾ ਕਰੋ। ਸਦਾ ਨਮਸਕਾਰ ਸਦਾ ਸਦਾ ਨਮਸਕਾਰ ਸਦਾ ਨਮਸਕਾਰ।
ਸਦਾ ਨਮਸਕਾਰ ਨਾਨਕ ਤਿਸ ਜਨ ਤੋ ਸਦਾ ਨਮਸਕਾਰ ਨਾਨਕ ਤਿਸ ਜਨ ਤੋਂ
ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ,
ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਕੇ ਮੁਖ ਸਤਿਯੁਗ ਲੇ, ਉਹਨਾਂ ਕੇ ਮੁਖ ਸਤਿਯੁਗ ਲੇ, ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਜੀਓ ਪਿੰਡ ਸਭ ਇਸ ਕਾ, ਜੀਓ ਪਿੰਡ ਸਭ ਇਸ ਕਾ, ਜੀਓ ਪਿੰਡ ਸਭ ਇਸ ਕਾ, ਸਭ ਸਹਿ ਦੇ ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਨਾਨਕ ਗੁਰ ਸੇਵੀਐ, ਨਾਨਕ ਗੁਰਮੁਖ ਸੇਵੀਐ, ਨਾਨਕ ਗੁਰਮੁਖ ਸੇਵੀਐ, ਗੁਰਮੁਖ ਸੇਵੀਐ, ਸਦਾ ਸਦਾ ਦਾਤਾ, ਸਦਾ ਸਦਾ ਦਾਤਾ, ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ, ਉਹਨਾਂ ਨੂੰ ਸਭ
ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਨਮਸਕਾਰ, ਸਭ ਜਗਤ ਕਰੇ ਪੰਗਤੀਆਂ ਪੜੀਆਂ, ਹੋਮ ਬਲਿਹਾਰੀ ਤਿੰਨ ਕਉ ਜਿਨ ਧਿਆਇਆ, ਜਿਨ ਧਿਆਇਆ ਹਰ ਨਿਰੰਕਾਰ, ਉਹਨਾਂ ਕੇ ਮੁਖ ਸਦ ਉਜਲੇ, ਉਹਨਾਂ ਨੂੰ ਸਭ ਜਗਤ ਸਭ ਜਗਤ ਕਰੇ ਨਮਸਕਾਰ। ਐਸੇ ਮਹਾਨ ਜਰਨੈਲ ਗੁਰੂ ਕੇ ਪਿਆਰੇ ਸਿੱਖ ਜਿਨ੍ਹਾਂ ਦੀ ਬਾਬਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਬਖਸ਼ਿਸ਼ਾਂ ਕਰਦੇ ਫੁਰਮਾਨ ਕਰਦੇ ਆ, ਹਰ ਹਰ ਜਨ ਦੋਏ ਏਕ ਹੈ, ਬਿਵ ਵਿਚਾਰ ਕਛ ਨਾਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੇ ਸਮਾਏ। ਆਓ ਇੱਕ ਸ਼ਬਦ ਹੋਰ ਪੜ੍ਹਦੇ ਹਾਂ, ਫਿਰ 10 ਮਿੰਟ ਬਾਅਦ ਸਮਾਪਤੀ ਕਰਾਂਗੇ। ਜਿੰਨੀ ਸੰਗਤ ਪਿਆਰ ਵਿੱਚ ਜੁੜੇ ਹੋ, ਕਰਿਓ ਰਸਨਾ ਨੂੰ ਪਵਿੱਤਰ, ਬਹੁਤ ਸੋਹਣਾ ਉਪਰਾਲਾ
ਸਤਿਕਾਰਯੋਗ ਸਿੰਘ ਸਾਹਿਬ ਇੱਥੋਂ ਦੇ ਪਿਆਰ ਵਾਲੇ ਗਿਆਨੀ ਸੰਦੀਪ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਮਾਤਾ ਸੁੰਦਰੀ ਜੀ ਅਤੇ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਜੀ ਜਿਨ੍ਹਾਂ ਦਾ ਬਹੁਤ ਸੋਹਣਾ ਉਪਰਾਲਾ ਪੂਰਨ ਤੌਰ 'ਤੇ ਸਹਿਯੋਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਗਤਾਂ ਦਾ ਗੁਰੂ ਕਿਰਪਾ ਕਰੇ ਆਓ ਹੁਣੇ ਆਪਾਂ ਸ਼ਬਦ ਰਾਹੀਂ ਨਮਸਕਾਰ ਕੀਤੀ ਹੈ ਕਿ ਸਾਹਿਬ ਕਿਤੇ ਸਾਡਾ ਜੀਵਨ ਉਹਨਾਂ ਵਰਗਾ ਬਣ ਜਾਏ ਉਹਨਾਂ ਦੀ ਬਾਬਤ ਰੋਜ਼ ਆਪਾਂ ਪੜ੍ਹਦੇ ਹਾਂ ਹੋ ਕੁਰਬਾਨੇ ਜਾਉ ਮਿਹਰਬਾਨਾ ਹਉ ਕੁਰਬਾਨੇ ਜਾਉ ਹੋ ਕੁਰਬਾਨੇ ਜਾਉ ਤਿਨਾ ਕਹਿ ਲੈਣ ਜੋ ਤੇਰਾ ਨਾਉ ਲੈਣ ਜੋ ਤੇਰਾ ਨਾਉ ਤਿਨਾ ਕਹਿ ਹਉ ਸਦ ਕੁਰਬਾਨੇ ਜਾਉ ਆਉ ਸਾ ਸੰਗਤ ਜੀਓ ਕਰਿਓ ਰਸਨਾ ਨੂੰ ਪਵਿੱਤਰ ਇਹ ਸ਼ਬਦ ਪੜ੍ਹ ਕੇ ਫਿਰ ਸਮਾਪਤੀ ਕਰਾਂਗੇ ਜੀ ਸਭਨਾ ਕਾ ਮਾਂ ਪਿਓ ਆਪ ਹੈ 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 ਸਭਨਾ ਕਾ ਮਾਂ ਪਿਓ ਆਪ ਹੈ 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 ਆਪੇ ਸਾਰ ਕਰੇ ਆਪੇ ਸਾਰ ਕਰੇ ਆਪੇ ਸਾਰ ਕਰੇ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਆਪੇ ਸੇਵਾ ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਆਪੇ ਸਾਰ ਕਰੇ ਆਪੇ ਸਾਰ ਕਰੇ ਸਭਨਾ ਕਾ ਮਾਂ ਪਿਓ ਆਪ ਹੈ 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 ਸਭਨਾ ਕਾ ਮਾਂ ਪਿਓ ਆਪ ਹੈ ਮਾਂ ਪਿਓ ਆਪ ਹੈ ਮਾਂ ਪਿਓ ਆਪ ਪਿਓ ਆਪ ਹੈ ਮਾਂ ਪਿਓ ਆਪ ਹੈ ਨਾਨਕ ਨਾਮ ਤੇ ਆਇਆ ਤਿੰਨ ਨਿਜ ਕਰ
ਨਾਨਕ ਨਾਮ ਧਿਆਇਨ ਤਿੰਨ ਨਿਜ ਕਰ ਵਾਸ ਹੈ ਜੁਗ ਜੁਗ ਸੋਭਾ ਹੋਏ ਜੁਗ ਜੁਗ ਸੋਭਾ ਹੋਏ ਸਭਨਾ ਦਾ ਮਾਂ ਪਿਓ ਆਪ ਹੈ 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 ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਮੈਂ ਲਾਡ ਲਡਾਇਆ 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 ਲਾਡ ਲਡਾਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਤੇਰੇ ਭਰੋਸੇ ਪਿਤਾ ਆਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਮੈਂ ਲਾਡ ਲਡਾਇਆ ਲਾਡ ਲਡਾਇਆ ਮੈਂ ਲਾਡ ਲਡਾਇਆ ਲਾਡ ਲਡਾਇਆ ਮੈਂ ਲਾਡ ਲਡਾਇਆ ਮੈਂ ਲਾਡ ਲਡਾਇਆ ਲਾਡ ਲਡਾਇਆ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਤੇਰੇ ਭਰੋਸੇ ਮੈਂ ਲਾਡ ਲਡਾਇਆ ਹਰ ਜੀ ਮਾਤਾ ਹਰ ਜੀ ਪਿਤਾ ਹਰ ਜੀ ਓ ਮ੍ਰਿਤ ਬਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਲਕ ਸਹਿਜੇ ਸਹਿਜ ਖਿਲਾਏਂਦਾ ਨਹੀਂ ਕਰਦਾ ਆਲ ਆਉਗਣ ਕੋ ਨਾ ਚਿਤਾਰਦਾ ਗਲ ਸਿੱਧੀ ਲਾਇਕ ਆਉਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਤੇਰੇ ਭਰੋਸੇ ਪਿਆਰੇ ਲਡਾਇਆ ਮਾਂ ਪਿਓ ਆਪ ਹੈ ਮਾਂ ਪਿਓ ਆਪ ਹੈ ਮਾਂ ਪਿਓ ਆਪ ਹੈ ਮਾਂ ਪਿਓ ਆਪ ਹੈ ਸਭਨਾ ਦਾ ਮਾਂ ਪਿਓ ਆਪ ਹੈ 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 ਵਾਹਿਗੁਰੂ ਸਤਸੰਗ ਇੱਕ ਵਾਰ ਫਿਰ ਇਹਨਾਂ ਪੰਕਤੀਆਂ ਦਾ ਗਾਇਨ ਕਰੋ ਦਾਸ ਦੇ ਜਥੇ ਵੱਲੋਂ ਸਮਾਪਤੀ ਹੈ।
ਜਿੰਨੀ ਸੰਗਤ ਪਿਆਰ ਵਿੱਚ ਜੁੜੇ ਹੋ ਕਰੋ ਰਸਨਾ ਨੂੰ ਪਵਿੱਤਰ ਫਿਰ ਸਮਾਪਤੀ ਜੀ। ਸਭਨਾ ਕਾ ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਜਪੋ ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ। ਸਭਨਾ ਕਾ ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਹੈ, ਮਾਂ ਪਿਓ ਆਪ ਆਪ ਹੈ। ਇੰਨੀ ਹਾਦਰੀ ਸੰਗਤ ਜੀ ਪ੍ਰਵਾਨ ਕਰਿਓ ਭੁੱਲਾਂ ਚੁੱਕਾਂ ਦੀ ਖਿਮਾ ਕੁਟਾਨ ਕੁੜ ਸ਼ੁਕਰਾਨਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਸਾਹਿਬ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਸੰਦੀਪ ਸਿੰਘ ਜੀ, ਹੈਡ ਗ੍ਰੰਥੀ ਗੁਰਦੁਆਰਾ ਮਾਤਾ ਸੁੰਦਰੀ ਸਾਹਿਬ ਅਤੇ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਜੀ, ਜਿਨ੍ਹਾਂ ਦਾ ਬਹੁਤ ਸੋਹਣਾ ਉਦਮ ਉਪਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੂਰਨ ਤੌਰ 'ਤੇ ਸਹਿਯੋਗ ਬਖਸ਼ਿਸ਼ ਕੀਤਾ। ਸੋ ਸਮੂਹ ਚੈਨਲਾਂ ਵਾਲਿਆਂ ਦਾ, ਸਾਊਂਡ ਵਾਲਿਆਂ ਦਾ ਧੰਨਵਾਦ। ਹੁਣ ਸੰਗਤਾਂ ਦੇ ਵਿੱਚ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਾਏਨਾਜ ਹਸਤੀ, ਸਤਿਕਾਰਯੋਗ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਮੌਜੂਦਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਚੇਅਰਮੈਨ ਸਾਹਿਬ ਨੇ, ਮਹਾਰਾਜ ਜੀ ਨੇ ਬਹੁਤ ਵੱਡੀਆਂ ਵੱਡੀਆਂ ਸੇਵਾਵਾਂ ਸਿੰਘ ਸਾਹਿਬ ਜੀ ਨੂੰ, ਜਥੇਦਾਰ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀਆਂ ਨੇ। ਜਦੋਂ ਵੀ ਮਿਲਦੇ ਨੇ ਬਹੁਤ ਅਸੀਸ ਦਿੰਦੇ ਨੇ, ਪਿਆਰ ਬਖਸ਼ਦੇ ਆ। ਹੁਣ ਉਹਨਾਂ ਨੇ ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਨੀ ਹੈ। ਸੋ ਦਾਸਰਿਆਂ ਨੂੰ ਬਖਸ਼ੋ ਆਸੀਸ, ਕਿਉਂਕਿ 10 ਵਜੇ ਦਾਸ ਦੇ ਕੀਰਤਨ ਦੀ ਹਾਜ਼ਰੀ, 9ਵੇਂ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸੀਸ਼ਗੰਜ ਸਾਹਿਬ ਵਿਖੇ ਉੱਥੇ ਹਾਜ਼ਰੀ ਹੈ। ਅਤੇ ਮਹਾਰਾਜ ਕਿਰਪਾ ਕਰਨ ਇੰਨੀ ਹਾਜ਼ਰੀ ਪ੍ਰਵਾਨ ਕਰਿਓ, ਫਿਰ ਜਦੋਂ ਕਦੇ ਸਮਾਂ ਬਣਿਆ ਆਪ ਜੀ ਦੀ ਸੇਵਾ ਵਿੱਚ ਫਿਰ ਹਾਜ਼ਰ ਹੋਵਾਂਗੇ। ਹੁਣ ਸਤਿਕਾਰਯੋਗ ਮਹਾਂਪੁਰਸ਼ ਜਥੇਦਾਰ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਉਹ ਆਪ ਜੀ ਦੇ ਦਰਸ਼ਨ ਕਰਨਗੇ। ਸੋ ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ, ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।